ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਲੁਧਿਆਣਾ ਨਿਵਾਸੀ ਐਨੀ ਕੌਰ ਅੱਜ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸਾਡਾ ਵੋਟਿੰਗ ਡੇ ਹੈ ਔਰ ਅੱਜ ਮੇਰੇ ਨਾਲ ਮੈਂ ਬਹੁਤ ਹੀ ਖੁਸ਼ ਸੀ ਬੜੇ ਉਤਸ਼ਾਹ ਨਾਲ ਤਿਆਰ ਹੋ ਕੇ ਬੱਚਿਆਂ ਨੂੰ ਨਾਲ ਲਿਜਾ ਕੇ ਵੋਟ ਪਾਉਣ ਲਈ ਅਸੀਂ ਨਿਕਲੇ ਬੱਚੇ ਅੰਦਰ ਨਹੀਂ ਜਾ ਪਾਏ ਦੋ ਮੈਂ ਅੰਦਰ ਗਈ ਹਾਂ ਸਾਨੂੰ ਮੇਰੇ ਨਾਲ ਬਹੁਤ ਹੀ ਬੈਡ ਐਕਸਪੀਰੀਅੰਸ ਹੋਇਆ ਬਿਠਾ ਦਿੱਤਾ ਗਿਆ ਤੇ ਕਿਹਾ ਗਿਆ ਕੋਈ ਆਪਣਾ ਫੋਨ ਨਹੀਂ ਛੇੜੇਗਾ ਕੁਛ ਗੁੰਡੇ ਟਾਈਪ ਸੀ ਉਹ ਆਲਰੇਡੀ ਬਟਨ ਪ੍ਰੈਸ ਕਰੀ ਜਾ ਰਹੇ ਹੈ ਔਰ ਤੇ ਉਹ ਨਿਕਲ ਗਏ ਜਦੋਂ ਤੱਕ ਮੈਂ ਆਪਣੀ ਵਾਰੀ ਤੇ ਗਈ ਤੇ ਉਹ ਕਹਿੰਦੇ ਤੁਹਾਡੀ ਵੋਟ ਹੈ ਹੀ ਨਹੀਂ ਮੀਨਸ ਮੇਰੇ ਕੋਲ ਦੇਖੋ ਕੋਈ ਨਿਸ਼ਾਨ ਨਹੀਂ ਹੈ ਆਈ ਡੋਂਟ ਹੈਵ ਐਨੀਥਿੰਗ ਔਨ ਮਾਈ ਫਿੰਗਰ ਸੀ ਦਿਸ ਹੈਂਡ ਆਲਸੋ ਫਿਰ ਵੀ ਉਹ ਕਹਿੰਦੇ ਤੁਹਾਡੀ ਵੋਟ ਹੈ ਨਹੀਂ ਪਰ ਕਰਨੀ ਹੈ ਕਰ ਦੋ ਇਸ ਦਿਸ ਦ ਰਾਈਟ ਥਿੰਗ ਮੈਨੂੰ ਤੁਹਾਡੇ ਸਾਰਿਆਂ ਤੋਂ ਇਹ ਜਵਾਬ ਚਾਹੀਦਾ ਹੈ ਉੱਥੇ ਇੰਨੀ ਗੁੰਡਾਗਰਦੀ ਇੰਨੇ ਲੋਕੀ ਉੱਥੇ ਖੜੇ ਹੋਏ ਉਹ ਕਰ ਕੀ ਰਹੇ ਸੀ ਆਈ ਡੋਂਟ ਅੰਡਰਸਟੈਂਡ ਕਿ ਸਾਡਾ ਇੱਥੇ ਹੱਕ ਕਿੱਥੇ ਹੈ ਜਿਹੜਾ ਸਾਡਾ ਹੱਕ ਵੋਟ ਪਾਉਣ ਦਾ ਹੈ ਇੱਕ ਸਰਕਾਰ ਨੂੰ ਚੁਣਨ ਦਾ ਹੈ ਉਹ ਸਾਡਾ ਹੱਕ ਕਿੱਥੇ ਹੈ ਮੈਂ ਤੁਹਾਡੇ ਸਾਰਿਆਂ ਤੋਂ ਇਹ ਕੁਐਸਚਨਿੰਗ ਕਰ ਰਹੀ ਹਾਂ ਮੈਨੂੰ ਇਸਦਾ ਜਵਾਬ ਚਾਹੀਦਾ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੁਣੇ ਤੁਸੀਂ ਮੇਰੇ ਵਾਈਫ ਦੇ ਵਿਊਜ਼ ਲਏ ਨੇ ਮੇਰੇ ਬੱਚੇ ਨਾਲ ਤੁਸੀਂ ਦੇਖ ਸਕਦੇ ਹੋ ਕਿਵੇਂ ਸਹਿਮੇ ਪਏ ਅਸੀਂ ਕੀ ਉੱਥੇ ਮਾਹੌਲ ਦੇਖ ਕੇ ਆਇਆ ਮੇਰਾ ਬੂਥ ਮਤਲਬ ਮੇਰਾ ਵਾਰਡ 45 ਮੇਰੀ ਵਾਈਫ ਦਾ ਵਾਰਡ 44 ਸਾਡਾ ਬਾਈ ਚਾਂਸ ਬੂਥ ਮਤਲਬ ਵਾਰਡ ਅਲੱਗ ਅਲੱਗ ਹੋਣ ਕਰਕੇ ਸਾਡਾ ਬੂਥ ਵੀ ਅਲੱਗ ਅਲੱਗ ਸੀ ਮੈਂ ਜਿੱਥੇ ਵੋਟ ਕਾਸਟ ਕਰਨ ਗਿਆ ਵਾਂ ਉੱਥੋਂ ਕਾਫੀ ਸਾਰੇ ਬੰਦੇ ਬਾਹਰ ਨਿਕਲ ਰਹੇ ਸੀ ਲੇਕਿਨ ਮੈਨੂੰ ਕੋਈ ਦਿੱਕਤ ਨਹੀਂ ਆਈ ਜਦੋਂ ਮਿਸਿਜ ਨੂੰ ਵੋਟ ਕਰਵਾਉਣ ਵਾਸਤੇ ਗਏ ਹਾਂ ਜਿੱਦਾਂ ਹੀ ਅੰਦਰ ਐਂਟਰ ਕੀਤੇ ਆ ਐਗਜੈਕਟਲੀ ਮਤਲਬ ਤੁਸੀਂ ਇਹ ਸਮਝ ਲਓ ਉਸੇ ਵੇਲੇ ਇੱਕ ਹਜੂਮ ਨੇ ਹਮਲਾ ਬੋਲਿਆ ਉੱਥੇ ਤਕਰੀਬਨ 70-80 ਲੋਕ ਸੀਗੇ ਜਿੰਨੇ ਲੋਕ ਸੀ ਉਹਨਾਂ ਨੂੰ ਸਾਈਡ ਤੇ ਬਿਠਾ ਦਿੱਤਾ ਗਿਆ ਜਿਨ੍ਹਾਂ ਚੋਂ ਮੈਂ ਇੱਕ ਗਵਾਹ ਵਾਂ ਮੈਂ ਆਪ ਉਸ ਚੀਜ਼ ਨਾਲ ਮੇਰੇ ਨਾਲ ਬੀਤੀ ਹੈ ਮੇਰੀ ਵਾਈਫ ਨਾਲ ਬੀਤੀ ਹੈ ਔਰ ਉੱਥੇ ਪੋਲਿੰਗ ਬੂਥ ਦੇ ਉੱਤੇ ਜਿਵੇਂ ਆਪਾਂ ਕਹਿ ਲਈਏ ਵੋਟ ਬੂਥ ਕੈਪਚਰ ਕਰ ਲਿੱਤਾ ਗਿਆ ਸਾਡੇ ਸਾਹਮਣੇ ਅਸੀਂ ਅੱਖਾਂ ਦੇ ਸਾਹਮਣੇ ਦੇਖ ਰਹੇ ਹਾਂ ਉਹਨਾਂ ਨੇ ਇਹੀ ਕਿਹਾ ਕਿ ਮਸ਼ੀਨ ਦੇ ਵਿੱਚ ਕੋਈ ਪ੍ਰੋਬਲਮ ਹੈ ਅਸੀਂ ਚੈੱਕ ਕਰਨਾ ਆ ਮਸ਼ੀਨ 'ਚ ਪ੍ਰੋਬਲਮ ਦੇਖਣ ਵਾਲੇ ਮੇਰੇ ਹਿਸਾਬ ਨਾਲ ਜਿਹੜੇ ਬੰਦੇ ਹੋਣਗੇ ਉਹ ਕੋਈ ਨਾ ਕੋਈ ਟੈਕਨੀਕਲ ਸਟਾਫ ਤੋਂ ਹੋਣਗੇ 2 ਜਾਂ 3 ਜਣੇ ਆਉਣਗੇ 60-70 ਲੋਕ ਨਹੀਂ ਆਉਣਗੇ ਹਰ ਇੱਕ ਮਿੰਟ ਬਾਅਦ ਫਿਰ ਉਹ ਬੀਪ ਦੀ ਆਵਾਜ਼ ਆ ਰਹੀ ਹੈ ਅਸੀਂ ਸਿਰਫ ਅਸੀਂ ਦੋਨੋਂ ਨਹੀਂ ਅਰਾਊਂਡ ਉੱਥੇ ਤਕਰੀਬਨ 6-7 ਲੋਕ ਹੋਰ ਸੀ ਜਿਹੜੇ ਵੋਟ ਕਾਸਟ ਕਰਨ ਆਏ ਹੋਏ ਸੀਗੇ ਫਿਰ ਉਹ ਤਕਰੀਬਨ ਇਹ ਸਾਰਾ 10 ਜਾਂ 12 ਮਿੰਟ ਦਾ ਪ੍ਰੋਸੈਸ ਚੱਲਿਆ 10-12 ਮਿੰਟ ਦੇ ਪ੍ਰੋਸੈਸ ਤੋਂ ਬਾਅਦ ਉਹ ਲੋਕ ਬਾਹਰ ਚਲੇ ਗਏ ਨੇ ਫਿਰ ਜਿਹੜੇ ਉੱਥੇ ਜਿਹੜੇ ਇਹਨਾਂ ਦੇ ਪੋਲਿੰਗ ਏਜੰਟ ਬੈਠੇ ਹੁੰਦੇ ਨੇ ਉਹ ਸਟਾਫ ਵੀ ਉੱਥੋਂ ਬਾਹਰ ਨਿਕਲ ਗਿਆ 3:35 ਦੀ ਇਹ ਗੱਲ ਹੈ ਉਹ ਪੋਲਿੰਗ ਸਟਾਫ ਵੀ ਬਾਹਰ ਨਿਕਲ ਗਿਆ ਸਿਰਫ 3 ਜਾਂ 4 ਲੋਕ ਜਿਹੜੇ ਟੇਬਲ ਤੇ ਬੈਠੇ ਪਰਚੀਆਂ ਕਟਾਉਂਦੇ ਪਏ ਨੇ ਮੇਰੇ ਵਾਈਫ ਨੇ ਪਰਚੀ ਦਿੱਤੀ ਤੇ ਉਹ ਟਿਕ ਹੋ ਚੁੱਕਾ ਸੀ ਮੈਨੂੰ ਲੱਗਿਆ ਮਤਲਬ ਆਪਾਂ ਨੂੰ ਇਹ ਮਹਿਸੂਸ ਹੋਇਆ ਕਹਿੰਦੇ ਚਲੋ ਕੋਈ ਗੱਲ ਨਹੀਂ ਤੁਸੀਂ ਆਪਣੇ ਜਾਂ ਰਸੀਦ ਲਓ ਉੱਥੇ ਜਾ ਕੇ ਆਪਣੀ ਵੋਟ ਕਾਸਟ ਕਰ ਦਿਓ ਉਹ ਵੋਟ ਕਾਸਟ ਕੀਤੇ ਕਿਸੇ ਨੇ ਕੋਈ ਨਿਸ਼ਾਨ ਨਹੀਂ ਲਗਾਇਆ ਕੋਈ ਮਾਰਕ ਨਹੀਂ ਲਗਾਇਆ ਸਾਡੀ ਅੱਖਾਂ ਦੇ ਸਾਹਮਣੇ ਇਦਾਂ ਹੀ ਇੱਕ ਜਨਰਲ ਸਿਵਿਲੀਅਨ ਹਸਬੈਂਡ ਵਾਈਫ ਆਏ ਨੇ ਵੋਟ ਕਾਸਟ ਕਰਨ ਤੋਂ ਬਾਅਦ ਉਹ ਦੁਬਾਰਾ ਫਿਰ ਉਹਨਾਂ ਨੇ ਕਿਹਾ ਅਸੀਂ ਦੁਬਾਰਾ ਕਰ ਦਈਏ ਬੜੇ ਫਰੈਂਕਲੀ ਉੱਥੇ ਉਹ ਜਿਹੜੇ ਜਿਹੜੇ ਏਜੰਟ ਬੈਠੇ ਉਹਨਾਂ ਨੇ ਕਿਹਾ ਹਾਂਜੀ ਤੁਸੀਂ ਦੁਬਾਰਾ ਦਬਾ ਦਿਓ ਬਟਨ ਮਤਲਬ ਇੰਨੀ ਹੈਰਾਨੀ ਦੀ ਗੱਲ ਹੋਈ ਵੈਦਰ ਇਟ ਇਜ਼ ਅ ਵੋਟਿੰਗ ਸਿਸਟਮ ਇਹ ਡੈਮੋਕ੍ਰੇਟਿਕ ਵੋਟਿੰਗ ਸਿਸਟਮ ਹੋ ਰਿਹਾ ਕੀ ਹੋ ਰਿਹਾ ਰੱਜ ਕੇ ਉੱਥੇ ਮੈਂ ਅੱਜ ਆਪਣੀ ਅੱਖਾਂ ਦੇ ਸਾਹਮਣੇ ਜ਼ਿੰਦਗੀ 'ਚ ਪਹਿਲੀ ਵਾਰੀ ਗੁੰਡਾਗਰਦੀ ਬਦਮਾਸ਼ੀ ਹੁੰਦੀ ਦੇਖੀ ਹੈ ਬੂਥ ਕੈਪਚਰ ਹੁੰਦੇ ਦੇਖੇ ਆ ਔਰ ਜੋ ਉੱਥੇ ਮਾਹੌਲ ਦੇਖੇ ਨੇ ਇਹ ਬਿਲਕੁਲ ਹੀ ਟੋਟਲੀ ਨਜਾਇਜ਼ ਵੋਟਿੰਗ ਸਾਨੂੰ ਆਪਣੀ ਅੱਖਾਂ ਦੇ ਸਾਹਮਣੇ ਦਿਖੀ ਕਿਸ ਪਾਰਟੀ ਨਾਲ ਕਿਹੜੇ ਬੰਦੇ ਸੰਬੰਧਿਤ ਸੀ ਉਹ ਮੈਨੂੰ ਨਹੀਂ ਪਤਾ ਨਾ ਮੈਂ ਕਿਸੇ ਪਾਰਟੀ ਨੂੰ ਸੰਬੰਧ ਰੱਖਦਾ ਮੈਂ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਫੇਵਰ ਦੇ ਵਿੱਚ ਜਾਂ ਕਿਸੇ ਦੇ ਖਿਲਾਫਤ ਨਹੀਂ ਬੋਲ ਰਿਹਾ ਮੈਂ ਇੱਕ ਵੋਟਿੰਗ ਸਿਸਟਮ ਨੂੰ ਅੱਜ ਸਮਝਿਆ ਪਛਾਣਿਆ ਜੋ ਕਿ ਨਿਹਾਇਤੀ ਨਜਾਇਜ਼ ਔਰ ਬੇਤੁੱਕਾ ਤਰੀਕਾ ਸੀ ਵੋਟ ਕਰਨ ਦਾ ਇਹਦੇ ਨਾਲੋਂ ਬੈਟਰ ਇਹੀ ਹੈ ਕਿ ਅਸੀਂ ਆਪਣੇ ਘਰਾਂ 'ਚ ਬੈਠੇ ਰਹੀਏ ਨਾ ਅਸੀਂ ਵੋਟ ਕਰਨ ਜਾਈਏ ਨਾ ਅਸੀਂ ਵੋਟਿੰਗ ਬਾਰੇ ਸੋਚੀਏ ਇਹੀ ਗੁੰਡੇ ਲੋਕ ਹੀ ਵੋਟ ਕਰਦੇ ਰਹੇ ਹਨ ਮੈਂ ਇਹ ਸਮਝਦਾ ਜੇ ਸਰਕਾਰ ਇਸ ਮੈਸੇਜ ਨੂੰ ਅਗਰ ਕੁਛ ਸਮਝਦੀ ਹੈ ਵੈਲਿਊਏਬਲ ਸਮਝਦੀ ਹੈ ਇਹ ਮਹਿਸੂਸ ਕਰਦੀ ਹੈ ਕਿ ਵੋਟਿੰਗ ਨਜਾਇਜ਼ ਹੋਈ ਹੈ ਤੇ ਇੱਕ ਫੇਅਰ ਵੋਟਿੰਗ ਲੁਧਿਆਣੇ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਇੱਕ ਫੇਅਰ ਸਾਫ਼ ਸੁਥਰੀ ਵੋਟਿੰਗ ਲੁਧਿਆਣੇ 'ਚ ਦੁਬਾਰਾ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਹੱਕ ਦੇ ਨਾਲ ਆਪਣੀ ਮਰਜ਼ੀ ਨਾਲ ਕਿਸੇ ਕੈਂਡੀਡੇਟ ਨੂੰ ਚੁਣਨਾ ਚਾਹੁੰਦੇ ਹਾਂ ਆਪਣੀ ਸਰਕਾਰ ਲਈ ਉਹ ਸਾਨੂੰ ਰਾਈਟ ਮਿਲਣਾ ਚਾਹੀਦਾ ਇੱਥੇ ਦੇ ਸਿਵਿਲੀਅਨਸ ਨੂੰ ਰਾਈਟ ਮਿਲਣਾ ਚਾਹੀਦਾ ਆਪਣੀ ਮਰਜ਼ੀ ਨਾਲ ਕੈਂਡੀਡੇਟ ਚੁਣਨ ਦਾ ਤਾਂ ਸਰਕਾਰ ਮੈਂ ਇਹ ਉਮੀਦ ਰੱਖਦਾ ਸਰਕਾਰ ਕੁਛ ਨਾ ਕੁਛ ਫੇਅਰ ਵੋਟਿੰਗ ਦਾ ਪ੍ਰੋਸੈਸ ਜੋ ਹੈ ਉਹ ਦੁਬਾਰਾ ਦੁਹਰਾਉਣ ਵਾਸਤੇ ਕੁਛ ਯਤਨ ਕਰੇ ਇੰਨੇ ਕੁ ਲਫ਼ਜ਼ਾਂ ਨਾਲ ਅਸੀਂ ਦੋਨੋਂ ਹੀ ਤੁਹਾਡੇ ਕੋਲੋਂ ਆਗਿਆ ਲੈਂਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਇਸ ਚੀਜ਼ ਦਾ ਕੋਈ ਨਤੀਜਾ ਨਿਕਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ